ਬੀਤੇ ਦਿਨ ਮੁੰਬਈ ਦੇ ਘਾਟ ਕੋਪਰ ਚ ਪੈਟਰੋਲ ਪੰਪ ਦੇ ਉੱਤੇ ਤੇਜ਼ ਹਨੇਰੀ ਤੂਫਾਨ ਦੇ ਕਾਰਨ ਵੱਡਾ ਹੋਰਡਿੰਗ ਡਿੱਗਿਆ ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਇਸ ਹਾਦਸੇ ਦੇ ਵਿੱਚ ਬਾਲੀਵੁੱਡ ਦੇ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ ਮਾਮਾ ਤੇ ਮਾਮੀ ਨੂੰ ਗਵਾ ਦਿੱਤਾ ਕਿਉਂਕਿ ਇਸ ਹੋਰਡਿੰਗ ਹਾਦਸੇ ਦਾ ਉਹ ਸ਼ਿਕਾਰ ਹੋਏ ਸਨ ਅਤੇ ਜਦੋਂ 3 ਦਿਨਾਂ ਬਾਅਦ ਲਾਸ਼ਾਂ ਕੱਢੀਆਂ ਗਈਆਂ ਤਾਂ ਉਸਦੇ ਵਿੱਚ ਕਾਰਤਿਕ ਦੇ ਮਾਮਾ ਤੇ ਮਾਮੀ ਦੀ ਵੀ ਲਾਸ਼ ਸੀ ਜੋ ਇੰਦੌਰ ਏਅਰਪੋਰਟ ਦੇ ਸਾਬਕਾ ਡਾਇਰੈਕਟਰ ਸਨ ਜਿਨ੍ਹਾਂ ਦਾ ਨਾਮ ਮਨੋਜ ਚੰਸੋਰੀਆ ਸੀ ਤੇ ਉਹ ਜਬਲਪੁਰ ਦੇ ਸਿਵਲ ਲਾਈਨ ਸਥਿਤ ਮਰੀਅਮ ਚੌਂਕ ਚ ਰਹਿੰਦੇ ਸੀ। ਹਾਦਸੇ ਦੇ 56 ਘੰਟਿਆਂ ਬਾਅਦ ਦੋਵਾਂ ਦੀ ਡੈਡ ਬੋਡੀ ਨੂੰ ਬਾਹਰ ਕੱਢਿਆ ਗਿਆ। ਦੋਵੇਂ ਮੁੰਬਈ ਦੇ ਇੰਦੌਰ ਦੇ ਰਸਤੇ ਜਬਲਪੁਰ ਵਾਪਸ ਜਾਣ ਵਾਲੇ ਸੀ ਤਾਂ ਕਰੀਬ 4:30 ਵਜੇ ਜੋ ਈਸਟਰਨ ਐਕਸਪ੍ਰੈਸ ਹਾਈਵੇ ਦੇ ਉੱਤੇ ਪੰਤ ਨਗਰ ਚ ਇੱਕ ਪੈਟਰੋਲ ਪੰਪ ਦੇ ਵਿੱਚ ਕਾਰ ਦੇ ਵਿੱਚ ਪੈਟਰੋਲ ਪਵਾਉਣ ਲਈ ਰੁਕੇ ਤਾਂ ਉਹ ਇਸ ਹੋਰਡਿੰਗ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵਾਂ ਦੇ ਅੰਤਿਮ ਸੰਸਕਾਰ ਚ ਕਾਰਤਿਕ ਆਰੀਅਨ ਆਪਣੇ ਪਰਿਵਾਰ ਨਾਲ ਪਹੁੰਚੇ। ਬੀਤੇ ਦਿਨ ਮੁੰਬਈ ਦੇ ਘਾਟ ਕੋਪਰ ਚ ਪੈਟਰੋਲ ਪੰਪ ਦੇ ਉੱਤੇ ਤੇਜ਼ ਹਨੇਰੀ ਤੂਫਾਨ ਦੇ ਕਾਰਨ ਵੱਡਾ ਹੋਰਡਿੰਗ ਡਿੱਗਿਆ ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਇਸ ਹਾਦਸੇ ਦੇ ਵਿੱਚ ਬਾਲੀਵੁੱਡ ਦੇ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ ਮਾਮਾ ਤੇ ਮਾਮੀ ਨੂੰ ਗਵਾ ਦਿੱਤਾ ਕਿਉਂਕਿ ਇਸ ਹੋਰਡਿੰਗ ਹਾਦਸੇ ਦਾ ਉਹ ਸ਼ਿਕਾਰ ਹੋਏ ਸਨ ਅਤੇ ਜਦੋਂ 3 ਦਿਨਾਂ ਬਾਅਦ ਲਾਸ਼ਾਂ ਕੱਢੀਆਂ ਗਈਆਂ ਤਾਂ ਉਸਦੇ ਵਿੱਚ ਕਾਰਤਿਕ ਦੇ ਮਾਮਾ ਤੇ ਮਾਮੀ ਦੀ ਵੀ ਲਾਸ਼ ਸੀ ਜੋ ਇੰਦੌਰ ਏਅਰਪੋਰਟ ਦੇ ਸਾਬਕਾ ਡਾਇਰੈਕਟਰ ਸਨ ਜਿਨ੍ਹਾਂ ਦਾ ਨਾਮ ਮਨੋਜ ਚੰਸੋਰੀਆ ਸੀ ਤੇ ਉਹ ਜਬਲਪੁਰ ਦੇ ਸਿਵਲ ਲਾਈਨ ਸਥਿਤ ਮਰੀਅਮ ਚੌਂਕ ਚ ਰਹਿੰਦੇ ਸੀ। ਹਾਦਸੇ ਦੇ 56 ਘੰਟਿਆਂ ਬਾਅਦ ਦੋਵਾਂ ਦੀ ਡੈਡ ਬੋਡੀ ਨੂੰ ਬਾਹਰ ਕੱਢਿਆ ਗਿਆ। ਦੋਵੇਂ ਮੁੰਬਈ ਦੇ ਇੰਦੌਰ ਦੇ ਰਸਤੇ ਜਬਲਪੁਰ ਵਾਪਸ ਜਾਣ ਵਾਲੇ ਸੀ ਤਾਂ ਕਰੀਬ 4:30 ਵਜੇ ਜੋ ਈਸਟਰਨ ਐਕਸਪ੍ਰੈਸ ਹਾਈਵੇ ਦੇ ਉੱਤੇ ਪੰਤ ਨਗਰ ਚ ਇੱਕ ਪੈਟਰੋਲ ਪੰਪ ਦੇ ਵਿੱਚ ਕਾਰ ਦੇ ਵਿੱਚ ਪੈਟਰੋਲ ਪਵਾਉਣ ਲਈ ਰੁਕੇ ਤਾਂ ਉਹ ਇਸ ਹੋਰਡਿੰਗ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵਾਂ ਦੇ ਅੰਤਿਮ ਸੰਸਕਾਰ ਚ ਕਾਰਤਿਕ ਆਰੀਅਨ ਆਪਣੇ ਪਰਿਵਾਰ ਨਾਲ ਪਹੁੰਚੇ। ਬੀਤੇ ਦਿਨ ਮੁੰਬਈ ਦੇ ਘਾਟ ਕੋਪਰ ਚ ਪੈਟਰੋਲ ਪੰਪ ਦੇ ਉੱਤੇ ਤੇਜ਼ ਹਨੇਰੀ ਤੂਫਾਨ ਦੇ ਕਾਰਨ ਵੱਡਾ ਹੋਰਡਿੰਗ ਡਿੱਗਿਆ ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਇਸ ਹਾਦਸੇ ਦੇ ਵਿੱਚ ਬਾਲੀਵੁੱਡ ਦੇ ਅਦਾਕਾਰ ਕਾਰਤਿਕ ਆਰੀਅਨ ਨੇ ਆਪਣੇ ਮਾਮਾ ਤੇ ਮਾਮੀ ਨੂੰ ਗਵਾ ਦਿੱਤਾ ਕਿਉਂਕਿ ਇਸ ਹੋਰਡਿੰਗ ਹਾਦਸੇ ਦਾ ਉਹ ਸ਼ਿਕਾਰ ਹੋਏ ਸਨ ਅਤੇ ਜਦੋਂ 3 ਦਿਨਾਂ ਬਾਅਦ ਲਾਸ਼ਾਂ ਕੱਢੀਆਂ ਗਈਆਂ ਤਾਂ ਉਸਦੇ ਵਿੱਚ ਕਾਰਤਿਕ ਦੇ ਮਾਮਾ ਤੇ ਮਾਮੀ ਦੀ ਵੀ ਲਾਸ਼ ਸੀ ਜੋ ਇੰਦੌਰ ਏਅਰਪੋਰਟ ਦੇ ਸਾਬਕਾ ਡਾਇਰੈਕਟਰ ਸਨ ਜਿਨ੍ਹਾਂ ਦਾ ਨਾਮ ਮਨੋਜ ਚੰਸੋਰੀਆ ਸੀ ਤੇ ਉਹ ਜਬਲਪੁਰ ਦੇ ਸਿਵਲ ਲਾਈਨ ਸਥਿਤ ਮਰੀਅਮ ਚੌਂਕ ਚ ਰਹਿੰਦੇ ਸੀ। ਹਾਦਸੇ ਦੇ 56 ਘੰਟਿਆਂ ਬਾਅਦ ਦੋਵਾਂ ਦੀ ਡੈਡ ਬੋਡੀ ਨੂੰ ਬਾਹਰ ਕੱਢਿਆ ਗਿਆ। ਦੋਵੇਂ ਮੁੰਬਈ ਦੇ ਇੰਦੌਰ ਦੇ ਰਸਤੇ ਜਬਲਪੁਰ ਵਾਪਸ ਜਾਣ ਵਾਲੇ ਸੀ ਤਾਂ ਕਰੀਬ 4:30 ਵਜੇ ਜੋ ਈਸਟਰਨ ਐਕਸਪ੍ਰੈਸ ਹਾਈਵੇ ਦੇ ਉੱਤੇ ਪੰਤ ਨਗਰ ਚ ਇੱਕ ਪੈਟਰੋਲ ਪੰਪ ਦੇ ਵਿੱਚ ਕਾਰ ਦੇ ਵਿੱਚ ਪੈਟਰੋਲ ਪਵਾਉਣ ਲਈ ਰੁਕੇ ਤਾਂ ਉਹ ਇਸ ਹੋਰਡਿੰਗ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵਾਂ ਦੇ ਅੰਤਿਮ ਸੰਸਕਾਰ ਚ ਕਾਰਤਿਕ ਆਰੀਅਨ ਆਪਣੇ ਪਰਿਵਾਰ ਨਾਲ ਪਹੁੰਚੇ।